अनीब मेरा छोना पा मेरा गुजी बुजी टाफी दे बड़ा चंगा ही मेरा पड़ा उड़ान मुंह कर की है ही रोन कल दे हाँ बिस्मिल्लाहिर्रहमानुर्रहीम अस्सलाम वालेकुम मैं जहेद साबर उम्मीद करना तुम सारे ठीक ठाक होवोगे ते जरा ना तुहानू पता ब्याह जाना तो ब्याह है दूसरे पिंड तो मैंने कमेंट करके जरूर दस्यो भी उत्थे जा के जिहड़े जाने पैसे पूसे चुगदे ने वीडियो बनावा कि ना बनावा क्योंकि जिथे जाने पैसे चुगदे हुण ना उत्थे खलौना भी अस्सियां दा घट है क्योंकि जाने कपड़े सारे बाहर छड्डदे ने ते तुसीं दस्सो फिर जाने पैसे चुगण दी वीडियो बनावा कि ना मेरे भरावां विच ही होणा है मैं केहड़ा लुकाउण वाली गल है ते जिहड़ा दादा जरां नूं पुछणा भी दादा जरां दे जिस जमाने च पैसे सुटदे हन की करदे हन सलाम अलैकुम भाईया वालेकुम सलाम भाईया जी तुहाडा जमाना हुंदा सी उदों पैसे सुटदे हन ब्याह च आहो पैसे हुंदे ना रुपये ते चवानियां ठियानियां दादा जी एडे गरीब हुंदे हो उदों सारे लोग यही सुटदे हन ते नोट नहीं सुटदे ना क्यों नोट तो वाह उदों नोट कौन सुटदा है क्यों ₹250 ₹250 क्यों ਘਰ ਦੇ ਨਹੀਂ ਜਾਣ ਦਿੰਦੇ ਕਿਉਂ ਘਰ ਦੇ ਨਹੀਂ ਜਾਣ ਦਿੰਦੇ ਮੈਂ ਘਰੇ ਹੀ ਰਹੋ ਤੂੰ ਕਿਤੇ ਸੱਟ ਲੱਗ ਪੈਂਦੀ ਹੈ ਕੋਈ ਹਾਲ ਨਹੀਂ ਦਾਦਾ ਜੀ ਤੁਹਾਡਾ ਆਉਂਦੇ ਹਨ ਸੱਟ ਲੱਗ ਪੈਂਦੀ ਹੈ ਉੱਥੇ ਜਾਣ ਸੱਟ ਕੀ ਕਰਨੀ ਜੋ ਪੈਸੇ ਨਹੀਂ ਚੁਗਾਉਂਦੇ ਤੇ ਕਿਸੇ ਦੇ ਤਾਂ ਉੱਥੇ ਫਿਰ ਉੱਥੇ ਜਾਂਦੇ ਤੇ ਉੱਥੇ ਸੱਟ ਵੀ ਲੱਗ ਮੈਂ ਜੋ ਨਹੀਂ ਕਹਾਂ ਨਾ ਉਦੋਂ ਮੈਂ ਸੋਚਣਾ ਹਾਂ ਵੀ ਜਦੋਂ ਵੱਡਾ ਹੋਵਾਂਗਾ ਉਦੋਂ ਪੈਸੇ ਚੁਗਾ ਕਰਾਂਗਾ ਮੈਂ ਉੱਤੇ ਬੋਝ ਲੈਣੇ ਕਰਨੇ ਜਾਣਿਆਂ ਦੇ ਕਿਉਂ ਵੱਡਾ ਹੈ ਤਾਂ ਸ਼ਰਮ ਆਉਂਦੀ ਅੱਛਾ ਚਲੋ ਸ਼ਰਮ ਬੋਝੇ ਚ ਪਾ ਲਈ ਜਰਾ ਕੁ ਵੈਸੇ ਇੱਕ ਗੱਲ ਦੀ ਹੈਰਾਨਗੀ ਨਹੀਂ ਤੁਹਾਨੂੰ ਹੋਈ ਮੈਂ ਸ਼ਰਮ ਦਾ ਨਾਂ ਲਿਆ ਮੈਨੂੰ ਸ਼ਰਮ ਆਉਂਦੀ ਅੱਛਾ ਹਾਂਜੀ ਨਹੀਂ ਸ਼ਰਮ ਬੋਝੇ ਚ ਪਾ ਲਈ ਜਰਾ ਮੈਂ ਸ਼ਰਮ ਘਰ ਰੱਖ ਕੇ ਜਾਣੀ ਹੋ ਜਿੱਥੇ ਵੀ ਗਿਆ ਸ਼ਰਮ ਨਾਲ ਹੀ ਨਾ ਖੜੀ ਹਾਂ ਗੱਲ ਹੀ ਮੁੱਕ ਗਈ ਹੈ ਭਾਈ ਕੱਲੀ ਰਹੇ ਜਿੱਥੇ ਮਰਜੀ ਹੈ ਤੇ ਜਰਾ ਨਾ ਪਹਿਲਾਂ ਵੀ ਲੋਕੀ ਪੈਸੇ ਸੁੱਟਦੇ ਹੁੰਦੇ ਹਨ ਜਰਾ ਅੱਜ ਤੂੰ ਕਿਦਾਂ ਤੁਹਾਡਾ ਵਿਆਹ ਕਿੰਨੇ ਸਾਂਝਿਆ ਸੀ ਦਾਦਾ ਵਿਆਹ ਹੋਇਆ ਸੀ 67 ਸਾਲ 1967 ਦਾਦਾ ਜੀ ਵਿਆਹ 'ਚ ਜਦੋਂ ਪੈਸੇ ਲੋਕੀ ਸੁੱਟਦੇ ਹਨ ਤੇ ਚੁੱਕਦੇ ਵੀ ਹਨ ਦਾਦਾ ਜੀ ਹੋਰਾਂ ਨੇ ਕਦੀ ਨਹੀਂ ਚੁੱਕੇ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕੌਣ ਕੌਣ ਚੁੱਕਦਾ ਰਿਹਾ ਪੈਸੇ ਚਲੋ ਜੇ ਕੋਈ ਵੱਡਾ ਹੋ ਗਿਆ ਦੱਸਿਆ ਨਹੀਂ ਕਿਉਂ ਨਾ ਚੁੱਕਦਾ ਸੀ ਜੇ ਕੋਈ ਨਹੀਂ ਕਹਿ ਤੇ ਉਹ ਤਾਂ ਪੱਕਾ ਚੁੱਕਦਾ ਹੋਣਾ 100% ਤੇ ਅਮਿਤ ਕਰਨਾ ਜਦੋਂ ਕੋਈ ਚਵਾਨੀ ਹੁੰਦੀ ਸੀ ਬੜਾ ਬਹਾਦਰ ਹੁੰਦਾ ਸੀ ਅੱਜ ਤੱਕ ਅੱਜ ਕੱਲ੍ਹ ਤਾਂ ਭਾਵੇਂ ਜੇਬਾਂ ਵੀ ਭਰਿਆ ਹੋਇਆ ਕੋਈ ਬਹਾਦਰ ਮੋੜੀ ਵਾਲੇ ਪੈਸੇ ਉਹ ਕਿਹੜੇ ਪੈਸੇ ਹਨ ਭਾਈ ਜਿਵੇਂ ਵਾਸ਼ਰ ਨਹੀਂ ਧਰੀ ਦੀ ਹੈ ਕਿਲ ਦੇ ਉੱਤੇ ਵਾਸ਼ਰ ਕਿਲ ਦੇ ਉੱਤੇ ਧਰੀ ਦੀ ਹਾਂਜੀ ਉਹ ਜੋ ਤੋਂ ਨਾਟ ਮੇ ਰਹੀ ਹੈ ਹਾਂਜੀ ਉਸ ਤਰ੍ਹਾਂ ਵੀ ਵਾਸ਼ਰ ਦੇ ਪੈਸੇ ਸਨ ਵਾਸ਼ਰ ਦੇ ਪੈਸੇ ਤੇ ਅਨੀਬ ਹਾਂਜੀ ਮੇਰਾ ਛੋਣਾ ਪਾ ਮੇਰਾ ਗੁਜੀ ਬੁਜੀ ਟਾਫੀ ਦੇ ਬੜਾ ਚੰਗਾ ਹੀ ਮੇਰਾ ਪੜਾ ਉਹਨਾਂ ਨੂੰ ਮੂੰਹ ਕਰ ਕੀ ਹੈ ਹੀ ਰੋਣ ਕੱਢ ਲਿਆ ਹਾਂ ਅੱਲਾ ਵਾਪਸ ਲੈ ਲੈ ਨਾਲ ਮੂੰਹ ਬਣ ਗਿਆ ਜਵਾਨ ਦਾ ਰੋਣ ਕੱਢ ਲਿਆ ਕਿਸੇ ਮਾਰੇ ਜਾ ਇੱਕ ਟਾਫੀ ਪਿੱਛੇ ਰੋ ਪਿਆ ਡੱਚ ਆ ਬਣੇ ਤੂੰ ਦੇ ਯਾਰ ਭਰਾ ਨਹੀਂ ਬ ਜਾਈ ਤੂੰ ਪੈਸੇ ਚੁਗਣੇ ਨੀ ਨਹੀਂ ਕਿਉਂ ਨਹੀਂ ਚੁਗਣੇ ਥੱਲੇ ਆ ਜਾਵੇ ਚੁੱਕ ਕੇ ਪੈਸੇ ਟਰੱਕ ਲਈ ਹੈਂ ਨਹੀਂ ਨਹੀਂ ਚੁਗਣੇ ਆਏ ਸਿਆਣਾ ਭਰਾ ਮੈਂ ਤੈਨੂੰ ਟਰੱਕ ਲੈ ਕੇ ਦਾਂਗਾ ਲੈਣਾ ਨਾ ਟਰੱਕ ਮੇਰੇ ਭਰਾ ਨੇ ਲੈਣਾ ਨਾ ਕਿੰਨੇ ਟਰੱਕ ਲੈਣੇ ਨੇ ਇੱਕ ਆਪੇ ਉਹ ਤੈਨੂੰ ਟਰੱਕ ਲਿਆ ਕੇ ਦਾਂਗਾ ਟਾਫੀ ਦੇ ਬੜਾ ਚੰਗਾ ਭਰਾ ਆਈ ਠੀਕ ਹੈ ਅਭੀ ਟਰੱਕ ਲਾ ਕੇ ਦਾਂਗਾ ਤੈਨੂੰ ਠੀਕ ਹੈ ਹੁਣ ਤੇ ਨਹੀਂ ਵਾਪਸ ਲੈਣੀ ਹੁਣ ਤੇ ਨਹੀਂ ਵਾਪਸ ਲੈਣੀ ਆਏ ਮੈਂ ਖਾ ਕੇ ਚੈੱਕ ਕਰਨਾ ਉਹਦਾ ਕਹਿੰਦਾ ਕਾਹੇ ਕਰਨੀ ਨਾ ਵੇ ਨਾ ਖਾਈ ਨਹੀਂ ਯਾਰ ਉਹਨੇ ਦੇ ਚਾਹ ਦੇ ਓਏ ਕੀ ਹੋ ਰਿਹਾ
खुशी हो गया मुंडा। तो अमित कार ना छोटा सा ब्लॉग तुम चंगा लगा तो लाइक करो शेयर करो अपने दोस्तों ना जो सा पिंड चैनल सब्सक्राइब कर लो जिंदगी फिर मिलेंगे अगली वीडियो। अल्लाह हाफिज़। देखा कि स्पीड है।